ਤਾਂ ਘੱਗਰ ਦੇ ਉੱਪਰ ਲਗਾਤਾਰ ਪ੍ਰਸ਼ਾਸਨ ਦੇ ਦੌਰੇ ਚੱਲ ਰਹੇ ਨੇ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹੁਣ MLA ਲਹਿਰਾ ਗਾਗਾ ਵਰਿੰਦਰ ਕੁਮਾਰ ਗੋਇਲ ਮੌਜੂਦ ਨੇ। MLA ਸਾਹਿਬ, ਕਿਵੇਂ ਦੇਖ ਰਹੇ ਹੋ ਘੱਗਰ ਦੇ ਉੱਪਰ ਦੌਰਾ ਕਰ ਰਹੇ ਹੋ, ਕਿੰਨਾ ਕੁ ਕੰਮ ਹੋ ਗਿਆ, ਕਿਸ ਤਰੀਕੇ ਨਾਲ ਜਿਹੜਾ ਹੈਗਾ ਘੱਗਰ ਦੀ ਮਜ਼ਬੂਤੀ ਆ ਉਹਦੇ ਉੱਪਰ ਕੰਮ ਹੋ ਰਹੇ ਨੇ? ਦੇਖੋ, ਇਹ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਦਾ ਏਰੀਆ ਹੈ, ਔਰ ਬਹੁਤ ਹੀ ਰਿਕਾਰਡ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਕਿ ਅਸੀਂ ਇਹ 18 ਕਿਲੋਮੀਟਰ ਦਾ ਏਰੀਆ ਦੋਹਾਂ ਪਾਸੇ ਦੇ 15 ਫੁੱਟ ਚੌੜਾ ਬੰਨ ਕਰ ਰਹੇ ਹਾਂ, ਅਤੇ 70% ਜਿਹੜਾ ਕੰਮ ਹੈ ਉਹ ਪੂਰਾ ਹੋ ਚੁੱਕਿਆ, ਅਤੇ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ, ਮੈਂ ਕਹਿ ਸਕਦਾ, ਸਾਡੇ ਅਧਿਕਾਰੀਆਂ ਦੀ ਪ੍ਰਾਪਤੀ, ਜਿਨ੍ਹਾਂ ਨੇ ਦਿਨ ਰਾਤ ਇੱਥੇ ਮਿਹਨਤ ਕਰ ਰਹੇ ਨੇ, ਕਿਉਂਕਿ ਬਰਸਾਤ ਦਾ ਵੀ ਮੌਸਮ ਆ ਰਿਹਾ, ਪਰ ਇੰਨੀ ਮਿਹਨਤ ਦੇ ਨਾਲ ਲੱਗੇ ਹੋਏ ਆ ਕਿ 70% ਅਸੀਂ ਕੰਮ ਹੈ ਜਿਹੜਾ ਉਹ ਪੂਰਾ ਕਰ ਲਿਆ। ਹੁਣ ਇਹ ਜਿਹੜੇ ਸਾਡੇ ਲਵੇ ਬਦਲ ਸੀ ਇਹ ਕਿ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਇਹ ਚੈਨਲਾਈ ਨਹੀਂ ਹੋਇਆ ਸੀ, 198 ਫੁੱਟ ਚੌੜਾ ਸੀ, ਪਿੱਛੇ 598 ਫੁੱਟ ਚੌੜਾ। ਹੁਣ 598 ਫੁੱਟ ਦਾ ਪਾਣੀ 198 ਫੁੱਟ 'ਚ ਸਮਾ ਨਹੀਂ ਸਕਦਾ, ਪ੍ਰੈਸ਼ਰ ਪੈ ਜਾਂਦਾ ਵੱਡਾ ਉੱਤੇ ਨੈਚੁਰਲੀ। ਅਤੇ ਉਸ ਦੇ ਲਈ ਸਾਡੇ ਕੋਲ, ਕਿਉਂਕਿ ਹਰਿਆਣਾ ਸਰਕਾਰ ਸਾਨੂੰ ਸਹਿਯੋਗ ਨਹੀਂ ਦੇ ਰਹੀ ਸੀ, ਅਤੇ ਫਿਰ ਸਾਡੇ ਕੋਲ ਅਲਟਰਨੇਟਿਵ ਇਹ ਸੀ ਕਿ ਅਸੀਂ ਆਪਣੇ ਹੀ ਕੰਢਿਆਂ ਨੂੰ ਮਜ਼ਬੂਤ ਕਰੀਏ। ਸੋ ਅਸੀਂ ਉਸ ਤਹਿਤ ਹੁਣੇ 15 ਫੁੱਟ ਚੌੜੇ ਕਰਤੇ ਆ, ਇੱਥੇ ਟਰੈਕਟਰ ਵੀ ਚੱਲ ਰਹੇ ਨੇ, ਟੀਪਰ ਵੀ ਚੱਲ ਰਹੇ ਨੇ, ਮਸ਼ੀਨਾਂ ਵੀ ਚੱਲ ਰਹੇ ਨੇ, ਲੋਕਾਂ ਦੇ ਆਮ ਵਾਹਨ ਵੀ ਚੱਲ ਰਹੇ ਨੇ, ਸਾਰੀ ਕੰਪੈਕਸ਼ਨ ਹੋ ਜਾਣੀ ਆ। ਹੁਣ ਪਹਿਲਾਂ ਕਿਤੇ 4 ਫੁੱਟ ਸੀ ਇਹ ਜਿਹੜੀ ਇਹਦੀ ਬੰਨ ਦੀ ਚੜ੍ਹਾਈ ਸੀ, ਕਿਤੇ 5 ਫੁੱਟ ਸੀ, ਕਿਤੇ ਤੁਰਿਆ ਨਹੀਂ ਜਾਂਦਾ ਸੀ। ਅਨਫਾਰਚੂਨੇਟਲੀ ਜਦੋਂ ਪਿੱਛੇ ਹੜ੍ਹ ਆਏ ਆ ਤਾਂ ਉਸ ਸਮੇਂ ਕੋਈ ਵੀ JCB ਮਸ਼ੀਨਾਂ ਤੱਕ ਜਾਣ ਦਾ ਰਸਤਾ ਕੋਈ ਨਹੀਂ ਸੀ ਬਚਿਆ, ਜਿੱਥੇ ਬ੍ਰੀਚ ਹੋ ਗਈ ਉੱਥੇ ਪਹੁੰਚ ਨਹੀਂ ਸਕਦੇ ਸੀ। ਸੋ ਹੁਣ ਇਹ ਸਾਰਾ ਜਿਹੜਾ ਕੰਪਲੀਟ ਅਸੀਂ ਕਰ ਰਹੇ ਹਾਂ, ਅਤੇ 15 ਫੁੱਟ ਚੌੜੇ ਬੰਨ ਹੋਣ ਕਾਰਨ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਇੱਥੇ ਕੋਈ ਬ੍ਰੀਚ ਹੋਵੇ। ਵਿੱਚ ਕਿਸਾਨ ਕਹਿ ਰਹੇ ਨੇ, ਕਹਿੰਦੇ ਇੱਕ ਪਾਸੇ ਮੌਜੂਦਗੀ ਜ਼ਿਆਦਾ ਹੋ ਰਹੀ ਹੈ, ਦੂਜੇ ਪਾਸੇ ਘੱਟ ਹੋ ਰਹੀ ਆ। ਦੇਖੋ, ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਹੈ ਤਾਂ ਸਾਡੇ ਅਫਸਰ ਸਾਹਿਬਾਨ, SDM ਸਾਹਿਬ ਖੜ੍ਹੇ ਨੇ, ਐਕਸ਼ਨ ਸਾਹਿਬ ਖੜ੍ਹੇ ਨੇ, ਸਾਰੇ ਇੱਥੇ ਹਾਜ਼ਰ ਹਰ ਸਮੇਂ ਰਹਿੰਦੇ ਨੇ, ਉਹ ਕੋਈ ਦੱਸੇ ਮਜ਼ਬੂਤੀ ਪੂਰੀ ਹੋ ਰਹੀ ਆ ਦੋਨੋਂ? ਬਿਲਕੁਲ ਮਜ਼ਬੂਤੀ ਪੂਰੀ ਹੋਣੀ ਆ ਦੋਹਾਂ ਪਾਸਿਆਂ 'ਤੇ, ਕੋਈ ਕਮੀ ਨਹੀਂ। 15-15 ਫੁੱਟ ਚੌੜੇ ਕਰਨੇ, 15 ਫੁੱਟ ਹੀ ਚੌੜੇ ਕਰਾਂਗੇ। ਬਿਲਕੁਲ ਸਾਹਿਬ, ਲੱਗਦਾ ਵੀ ਇਸ ਵਾਰ ਕੁਦਰਤ ਕੁਛ ਨਾ ਕੁਛ ਸਾਥ ਦੇ ਰਹੀ ਹੈ, ਕਿਉਂਕਿ ਪਿਛਲੀ ਵਾਰ 11-12 ਜੁਲਾਈ ਨੂੰ ਕਿਤੇ ਨਾ ਕਿਤੇ ਉਰੇ ਮਾਹੌਲ ਬਹੁਤ ਖਰਾਬ ਹੋ ਗਿਆ ਸੀ, ਇਸ ਵਾਰ ਮੀਂਹ ਨਹੀਂ ਪੈ ਰਹੇ, ਲੱਗਦਾ ਵੀ ਦੂਜੇ ਪਾਸੇ ਮਜ਼ਬੂਤੀ ਵੀ ਹੋ ਰਹੀ ਹੈ, ਦੂਜੇ ਪਾਸੇ ਕੁਦਰਤ ਦਾ ਵੀ ਸਾਥ ਹੈਗਾ। ਦੇਖੋ, ਕੁਦਰਤ ਦਾ ਸਾਥ ਤਾਂ ਹਮੇਸ਼ਾ ਹੁੰਦਾ ਹੈ, ਕੁਦਰਤ ਦੇ ਸਾਥ ਬਿਨਾਂ ਤਾਂ ਕੋਈ ਗੱਲ ਪੋਸੀਬਲ ਹੀ ਨਹੀਂ ਹੋ ਸਕਦੀ। ਅਗਰ ਭਗਵਾਨ ਦੀ ਨਜ਼ਰ ਸਿੱਧੀ ਹੈ ਤਾਂ ਹੀ ਅਸੀਂ ਸਾਰਾ ਕੁਛ ਕਰ ਸਕੇ ਹਾਂ। ਪਿਛਲੇ ਸਾਲ ਤਾਂ 13 ਤਾਰੀਖ ਨੂੰ ਇੱਥੇ ਕੁਛ ਪਾਣੀ ਤੋਂ ਬਿਨਾਂ ਦਿਨ ਹੀ ਨਹੀਂ ਸੀ, ਇੱਥੇ ਬ੍ਰੀਚ ਹੋਈ ਸੀ, ਸਾਰੇ ਜਗ੍ਹਾ ਤਕਰੀਬਨ 50-52 ਜਗ੍ਹਾ ਟੁੱਟ ਗਿਆ, 50 ਜਗ੍ਹਾ 'ਤੇ ਬ੍ਰੀਚ ਹੋਈ ਸੀ। ਤੁਸੀਂ ਬ੍ਰੀਚਾਂ ਦਾ ਜ਼ਿਕਰ ਕਰਤਾ, 53 ਜਗ੍ਹਾ ਬ੍ਰੀਚ ਹੋਈ ਸੀ, ਅਤੇ 53 ਦੇ 53 ਜਿਹੜੇ ਪਾੜ ਸੀ ਅਸੀਂ 20 ਦਿਨਾਂ ਦੇ ਵਿੱਚ ਪੂਰਤੇ ਸੀ, ਭਾਵੇਂ ਮਿੱਟੀ ਕਿਤੋਂ ਲਿਆਂਦੀ, ਜਿਹੜਾ ਇੱਕ ਰਿਕਾਰਡ ਬਣਿਆ। ਨਹੀਂ, ਅੱਜ ਤੱਕ ਜਿੰਨੇ ਲੋਕ ਹੈਗੇ ਨੇ ਇਸ ਘੱਗਰ ਦੀ ਮਾਰ ਤੋਂ ਅਫੈਕਟਡ ਲੋਕ ਨੇ, ਉਹ ਦੱਸ ਸਕਦੇ ਆ ਕਿ ਜਦੋਂ ਵੀ ਪਾੜ ਪੈਂਦੇ ਸੀ ਲੋਕ ਆਪ ਹੀ ਪਾੜ ਪੂਰਦੇ ਸੀ। ਪਰ ਲੋਕਾਂ ਨੂੰ ਹੁਣ ਬਿਲਕੁਲ ਹੀ ਆਪਾਂ ਕਹਿ ਦਈਏ ਵੀ ਸ਼ਾਂਤ ਮਨ ਕਦੋਂ ਹੋਊਗਾ, ਕਿਉਂਕਿ ਜਿਹੜਾ ਅਸਲ ਸਮੱਸਿਆ, ਕਿਉਂਕਿ ਜਦੋਂ ਤੁਸੀਂ ਗੂਗਲ ਮੈਪ ਤੋਂ ਵੀ ਦੇਖੋਗੇ ਨਾ ਤਾਂ ਇਹ ਇਸ ਤਰੀਕੇ ਨਾਲ ਹੈਗਾ, ਇਹਦਾ ਅਸਲ ਸਲਿਊਸ਼ਨ ਲੋਕਾਂ ਨੂੰ ਕਦੋਂ ਮਿਲੂਗਾ ਵੀ ਲੋਕ ਬੇਫਿਕਰ ਹੋ ਕੇ ਆਪਣੇ ਜਿਹੜੀ ਖੇਤੀ ਕਰਨ? ਦੇਖੋ, ਲੋਕ ਮੈਂ ਸਮਝਦਾ ਵੀ ਅੱਜ ਦੀ ਤਾਰੀਖ ਦੇ ਵਿੱਚ ਬੇਫਿਕਰ ਹੀ ਹਨ, ਕਿਉਂਕਿ ਜੋ ਵੀ ਸੰਭਵ ਹੋ ਸਕਦਾ ਲੋਕਾਂ ਦੀ ਹਿਫਾਜ਼ਤ ਦੇ ਲਈ, ਇਸ ਪ੍ਰਕੋਪ ਤੋਂ ਬਚਣ ਦੇ ਲਈ,
ਉਹ ਅਸੀਂ ਸਾਰਾ ਕੁਝ ਕੀਤਾ। ਬਾਕੀ ਕੁਦਰਤ ਦੀ ਹੈ ਜਿਹੜੀ, ਉਹ ਸਭ ਤੋਂ ਜ਼ਰੂਰੀ ਹੈ। ਪਿਛਲੇ ਸਾਲ ਜੋ ਹੋਇਆ ਸੀ ਉਹ ਵੀ ਪਿਛਲੇ 30 ਸਾਲਾਂ 'ਚ ਅਜਿਹਾ ਪਾਣੀ ਕਦੇ ਨਹੀਂ ਆਇਆ ਸੀ ਜਿਹੜਾ ਪਿਛਲੇ ਸਾਲ ਆਇਆ ਸੀ। ਹੁਣ ਜੇ ਪਾਣੀ ਇੰਨਾ ਆ ਗਿਆ ਸੀ ਜਿਹੜਾ 30 ਸਾਲਾਂ 'ਚ ਕਦੀ ਨਹੀਂ ਆਇਆ ਸੀ, ਰਿਕਾਰਡ ਟੁੱਟ ਗਏ ਸੀ। ਫਿਰ ਤਾਂ ਰਿਕਾਰਡ, ਫਿਰ ਤਾਂ ਸਾਰਾ ਕੁਝ ਸਾਡਾ ਜੋ ਕੁਛ ਅਸੀਂ ਕੀਤਾ ਸੀ ਸਾਰਾ ਕੀਤਾ ਕਿਤਾ ਰਹਿ ਗਿਆ ਸੀ। ਸੋ ਇਸ ਕਰਕੇ ਕੁਦਰਤ ਦੀ ਮਾਰ ਨੂੰ ਤਾਂ ਨਹੀਂ ਕੋਈ ਮੋੜ ਸਕਦਾ, ਪਰ ਭਗਵਾਨ ਦੀ ਕਿਰਪਾ ਹੈ। ਜਿਵੇਂ ਇਸ ਤਰ੍ਹਾਂ ਹਲੇ ਕੋਈ ਅੱਜ ਪਾਣੀ ਘੱਗਰ ਦੇ ਵਿੱਚ ਗੇਜ 'ਤੇ ਪਾਣੀ ਅੱਜ ਚੜ੍ਹਿਆ 729 ਫੁੱਟ, ਨਹੀਂ 729 'ਤੇ ਗੇਜ ਸ਼ੁਰੂ ਹੁੰਦਾ, ਨਹੀਂ ਗੇਜ 'ਤੇ ਪਾਣੀ ਨਹੀਂ ਚੜ੍ਹਿਆ ਸੀ ਅੱਜ ਤੱਕ। ਸੋ ਅੱਜ ਪਾਣੀ ਆਉਣ ਲੱਗਿਆ ਤਾਂ, ਪਰ ਕੋਈ ਦਿੱਕਤ ਨਹੀਂ, ਸਭ ਲੋਕ ਖੁਸ਼ ਨੇ। ਅਸੀਂ ਇੱਕ ਵੱਡੀ ਗੱਲ ਇਹ ਕੀਤੀ ਹੈ ਕਿ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਤਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਿਹਾ, ਕਿਉਂਕਿ ਲੋਕ ਖੁਦ ਇੰਜੀਨੀਅਰ ਨੇ ਕਿਸਮ ਦੇ, ਕਿਉਂਕਿ ਹਰ ਵਾਰ ਇਹ ਤਕਲੀਫ ਝੱਲਦੇ ਆ, ਇਹਨਾਂ ਨੂੰ ਸਭ ਤਜਰਬਾ, ਲੋਕਾਂ ਦੇ ਹਿਸਾਬ ਨਾਲ ਕੰਮ ਹੋ ਰਿਹਾ। ਲੋਕਾਂ ਨੂੰ ਕਿਹਾ ਸੀ ਵੀ ਤੁਸੀਂ ਖੁਦ ਖੜ੍ਹੇ ਹੋ, ਲੋਕ ਆਪਣੇ ਹਿਸਾਬ ਦੇ ਨਾਲ। ਹੁਣ ਮੈਂ ਖਨੌਰੀ ਜਾ ਕੇ ਆਇਆ, ਬਨਾਰਸੀ ਪਿੰਡ ਜਾ ਕੇ ਆਇਆ, ਉੱਥੇ ਸਾਰੇ ਲੋਕਾਂ ਨੇ ਕਿਹਾ, ਕਹਿੰਦੇ ਜੀ ਅਸੀਂ ਲਵੇ ਖੜ੍ਹ ਕੇ ਕੰਮ ਕਰਾਇਆ ਅਤੇ 45,000 ਬੋਰੀ ਤਾਂ ਭਰੀ ਪਈ ਆ ਰੇਤੇ ਦੀ, ਲੱਖ ਖਾਲੀ ਬੋਰੀ ਤਿਆਰ ਪਈ ਹੈ। ਅਤੇ ਲੋਕਾਂ ਨੂੰ ਜਿੱਥੇ ਫਿਰ ਵੀ ਸ਼ੰਕਾ ਲੱਗਦੀ ਹੈ ਤਾਂ ਕਿਸੇ ਨੂੰ ਲੋੜ ਹੈ ਤਾਂ ਭਰੀਆਂ ਹੋਈਆਂ ਜਿਹੜੀਆਂ ਮਿੱਟੀ ਦੇ ਥੱਲੇ ਉਹ ਲੋਕ ਲਜਾਲ ਜਾ ਵੀ ਰੱਖ ਰਹੇ ਨੇ। ਠੀਕ ਹੈ। ਸੋ ਮਤਲਬ ਕਹਿਣ ਦਾ ਵੀ ਹਰ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਇਹ ਪਹਿਲੇ ਦਿਨ ਤੋਂ ਸੋਚ ਸੀ, ਕਿਉਂਕਿ ਉਹਨਾਂ ਨੇ ਖੁਦ ਇੱਥੇ ਇਲੈਕਸ਼ਨ ਲੜਿਆ ਹੋਇਆ, ਕਿ ਘੱਗਰ ਦੇ ਲਈ ਅਸੀਂ ਹਰ ਸਮੇਂ ਪਹਿਲਾਂ ਫੰਡ ਜਾਰੀ ਕੀਤੇ ਨੇ, ਬਰਸਾਤਾਂ ਤੋਂ ਪਹਿਲਾਂ ਅਸੀਂ ਸਾਰੇ ਕੰਮ ਸ਼ੁਰੂ ਕਰਾਏ ਨੇ। ਨਹੀਂ ਕਿਹਾ ਹੁੰਦਾ ਤਾਂ ਜਦੋਂ ਪਿਛਲੀਆਂ ਸਰਕਾਰਾਂ ਵੇਲੇ ਕੰਮ ਸ਼ੁਰੂ ਹੁੰਦਾ ਸੀ ਤਾਂ ਬਰਸਾਤਾਂ ਸ਼ੁਰੂ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਸੀ, ਕਾਗਜ਼ੀ ਪੱਤਰੀ ਰਹਿ ਜਾਂਦਾ ਸੀ। ਠੀਕ ਹੈ। ਪਰ ਅੱਜ ਲੋਕ ਖੁਦ ਮਹਿਸੂਸ ਕਰ ਰਹੇ ਨੇ ਕਿ ਸਾਰਾ ਕੰਮ ਪ੍ਰੈਕਟੀਕਲੀ ਹੋ ਰਿਹਾ, ਲੋਕਾਂ ਦੇ ਮੁਤਾਬਕ ਹੋ ਰਿਹਾ ਅਤੇ ਸਰਕਾਰ ਸਹੀ ਨੀਅਤ ਦੇ ਨਾਲ ਇਹ ਕੰਮ ਕਰ ਰਹੀ ਹੈ, ਇਹ ਲੋਕ ਮਹਿਸੂਸ ਕਰਦੇ ਆ। ਤਾਂ ਬਿਲਕੁਲ ਲੋਕਾਂ ਦੇ ਨਾਲ ਇਸ ਵਕਤ SDM ਸਾਹਿਬ ਨੂੰ ਨਾਲ ਲੈ ਕੇ, ਸਾਰੇ ਪ੍ਰਸ਼ਾਸਨਿਕ ਅਮਲੇ ਨੂੰ ਨਾਲ ਲੈ ਕੇ, MLA ਲਹਿਰਾ ਗਾਗਾ ਇਸ ਵਕਤ ਘੱਗਰ ਦੇ ਦੌਰੇ ਦੇ ਉੱਪਰ ਨੇ। ਹਰ ਇੱਕ ਕੋਨੇ ਦਾ, ਹਰ ਇੱਕ ਮੋੜ ਦੀ ਜਿਹੜੀ ਆ ਜਾਂਚ ਹੋ ਰਹੀ ਆ ਵੀ ਕਿਸੇ ਜਗ੍ਹਾ ਕੋਈ ਕਮੀ ਨਹੀਂ। ਭਾਵੇਂ ਕੁਦਰਤ ਨੇ ਇਸ ਵਾਰ ਸਾਥ ਦਿੱਤਾ, ਕੁਦਰਤ ਦੀ ਜਿਹੜੀ ਬਰਸਾਤਾਂ ਨੇ ਬਹੁਤ ਘੱਟ ਹੋ ਰਹੀਆਂ ਨੇ, ਪਰ ਫਿਰ ਵੀ ਜਿਹੜਾ ਹੈਗਾ ਇਸ ਵਕਤ 729 ਫੁੱਟ ਦੇ ਉੱਪਰ ਜਿਹੜਾ ਹੈਗਾ ਘੱਗਰ ਇਸ ਵਕਤ ਵਗ ਰਿਹਾ, ਜਦਕਿ ਪਿਛਲੀ ਵਾਰ 748 ਦੇ ਲਗਭਗ ਜਿਹੜੀਆਂ ਜਾ ਕੇ ਬ੍ਰੀਚਸ ਹੋਈਆਂ ਸੀ। ਜਸਵਿੰਦਰ ਜੀ, ਇਹੀ ਸਾਲ ਇਹੀ ਜਗ੍ਹਾ ਦੇ ਉੱਪਰ ਪਿਛਲੇ ਸਾਲ ਆਪਾਂ ਖੜ੍ਹੇ ਸੀ, ਲੱਖ ਲੱਖ ਪਾਣੀ ਸੀ ਸਾਰੇ ਖੇਤਾਂ ਦੇ ਵਿੱਚ, ਕਿਤੇ ਨਾ ਕਿਤੇ ਬਹੁਤ ਭਿਆਨਕ ਮਾਹੌਲ ਬਣੇ ਸੀ, ਲੋਕਾਂ ਦੇ ਘਰਾਂ 'ਚ ਪਾਣੀ ਸੀ, ਇਸ ਵਾਰ ਮੀਂਹ ਦੇ ਪਾਣੀ ਨੂੰ ਕਿਵੇਂ ਉਡੀਕ ਰਹੇ ਹੋ ਤੁਸੀਂ? ਇਸ ਤਰ੍ਹਾਂ ਹੀ ਐਰਕਾ ਮੀਂਹ ਪਿਆ, ਕੋਈ ਨਹੀਂ, ਬਿਲਕੁਲ ਔੜ ਲੱਗੀ ਹੈ ਘੱਗਰ ਦੇ ਵਿੱਚ। ਹੁਣ ਅੱਜ ਥੋੜ੍ਹਾ ਥੋੜ੍ਹਾ ਪਾਣੀ ਹੈ, ਉਹ ਵੀ ਲੋਕ ਮੋਟਰਾਂ 'ਚ ਲਾ ਕੇ ਇਹਦੇ ਵਿੱਚੋਂ ਪਾਣੀ ਪਾ ਲੈਂਦੇ ਹਨ। ਐਰਕਾ ਬੁਰਾ ਹਾਲ ਹੈ, ਪਰ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਇੱਥੇ ਪਾਣੀ ਹੀ ਪਾਣੀ ਸੀ। ਪਿਛਲੀ ਵਾਰ 12 ਜੁਲਾਈ ਨੂੰ ਪਹਿਲਾ ਬੰਨ ਟੁੱਟਿਆ ਸੀ, 53 ਜਗ੍ਹਾ ਤੋਂ ਘੱਗਰ ਟੁੱਟ ਗਿਆ ਸੀ ਸਾਰਾ, ਤੁਹਾਡਾ ਇਹ ਤਕਰੀਬਨ 10 ਤੋਂ ਲੈ ਕੇ 15 ਪਿੰਡ ਡੁੱਬੇ ਸੀ। ਇਸ ਵਾਰ ਲੱਗਦਾ ਵੀ ਹਾਂ ਮੀਂਹ ਤਾਂ ਪੈ ਰਹੇ ਨੇ, ਮਾਨਸੂਨ ਪੈ ਰਹੇ ਨੇ, ਪਰ ਸੁੱਕੀ ਜਾ ਰਹੀ ਆ। ਹਾਂਜੀ ਬਿਲਕੁਲ, ਐਰਕਾ ਮੀਂਹ ਮਾੜੇ ਮੋਟੇ ਪੈਂਦੇ ਨੇ, ਕਿਤੇ ਪਾਣੀ ਕੋਈ ਆਇਆ ਨਹੀਂ ਹਾਲ ਤੀਆਂ। ਵੈਸੇ ਆਪਣਾ ਪਾਣੀ ਆਏਗਾ ਜਾਂ ਨਾ ਆਏਗਾ ਉਹ ਤਾਂ ਪਰਮਾਤਮਾ ਨੂੰ ਪਤਾ। ਝੋਨੇ ਦੀ ਫਸਲ ਲਾਏ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ? ਹੋ ਗਿਆ 1.5 ਮਹੀਨੇ ਦੇ ਉੱਤੇ ਹੋ ਗਏ। ਕਿਸ ਤਰੀਕੇ ਨਾਲ ਦੇਖਦੇ ਹੋ, ਜ਼ਮੀਨੀ ਪਾਣੀ ਚੱਲ ਰਿਹਾ ਫਿਰ ਮੋਟਰਾਂ ਤੋਂ? ਹਾਂਜੀ ਪਾਣੀ ਮੋਟਰਾਂ ਨਾਲ ਪਾਣੀ ਚੱਲ ਰਿਹਾ। ਕਿਵੇਂ ਦੇਖਦੇ ਹੋ, ਲਾਈਟ ਲੂਟ ਪਹੁੰਚ ਰਹੀ ਆ? ਲਾਈਟ 8-9 ਘੰਟੇ ਐਰਕਾਂ ਪਹੁੰਚਦੀ ਵੀ, ਪਰ ਜ਼ਿਆਦਾ ਸੀ ਐਰਕਾਂ, ਥੋੜ੍ਹੀ ਆਊਟ ਦੇ ਹਿਸਾਬ ਨਾਲ ਲਾਈਟ ਘੱਟ ਹੈ। ਗੱਲ ਕਰੀਏ ਪ੍ਰਸ਼ਾਸਨ ਵੀ ਚੱਕਰ ਮਾਰ ਰਿਹਾ, ਕੰਮ ਕਿਵੇਂ ਚੱਲ ਰਿਹਾ ਘੱਗਰ ਦੇ ਉੱਪਰ? ਜੇ ਪਾਣੀ ਵੱਧਦਾ ਤਾਂ ਕਿਵੇਂ ਲੱਗਦਾ, ਤੁਹਾਡੇ ਖੇਤ ਬਚੇ ਹੋਏ ਨੇ? ਇਸ ਤਰ੍ਹਾਂ ਜੀ ਵੇਖੋ, ਪ੍ਰਸ਼ਾਸਨ ਨੇ ਤਾਂ ਸਰਕਾਰ ਨੇ ਪੂਰਾ ਜ਼ੋਰ ਲਾਇਆ ਹੈ, ਇਹ ਤਾਂ ਪਰਮਾਤਮਾ ਦੀ ਕੋਈ ਕਰੋਪੀ ਨਾ ਆ ਜਾਏ, ਨਹੀਂ ਤਾਂ ਐਰਕਾਂ ਬੰਨ ਨਹੀਂ ਟੁੱਟ ਸਕਦੇ।
ਐਰਕਾ ਬੰਨ ਇੰਨੇ ਮਜ਼ਬੂਤ ਨੇ ਕਿਉਂਕਿ 15-15 ਫੁੱਟ ਬੰਨ ਚੌੜੇ ਕਰ ਦਿੱਤੇ ਨੇ ਅਤੇ ਪੂਰੀ ਐਸ ਡੀ ਐਮ ਸਾਹਿਬ ਆਪਣਾ ਐਕਸ਼ਨ ਸਾਹਿਬ ਜਿਹੜਾ ਇਹਦੇ ਮਹਿਕਮੇ ਦਾ ਆਪਣਾ ਐਮ ਐਲ ਏ ਸਾਹਿਬ ਵਰਿੰਦਰ ਗੋਇਲ ਜੀ ਸਾਰੇ ਪੂਰੀ ਇਹਦੇ 'ਤੇ ਨਿਗਾਹ ਰੱਖ ਰਹੇ ਨੇ ਇਸ ਸਾਹਿਬ ਵਿੱਚ। ਕਿਸਾਨ ਕਹਿ ਰਹੇ ਸੀ ਕਹਿੰਦੇ ਇੱਕ ਪਾਸੇ ਮਿੱਟੀ ਲਾਉਂਦੇ ਨੇ ਇੱਕ ਪਾਸੇ ਲਾਉਂਦੇ ਨੇ, ਲੱਗਦਾ? ਦੇਖੋ ਜੀ ਉਹ ਤਾਂ ਥੋੜ੍ਹੇ ਬਾਲੇ ਕਈ ਜਿਹੜੇ ਕਿਸਾਨ ਨੇ ਉਹ ਮਿੱਟੀ ਨਹੀਂ ਲਾਉਣ ਦਿੰਦੇ ਪਏ ਵੀ ਸਾਡੇ ਇੱਥੇ ਖਾਲ ਦੱਬ ਜਾਏਗਾ, ਸਾਡੀ ਪਾਈਪਲਾਈਨ ਦੱਬ ਜਾਏਗੀ। ਬਾਕੀ ਐਸ ਡੀ ਐਮ ਨੇ ਅਤੇ ਆਪਣੇ ਵਿਧਾਇਕ ਸਾਹਿਬ ਨੇ ਪੂਰਾ ਭਰੋਸਾ ਦਵਾਇਆ ਵੀ ਅਸੀਂ ਇਹ ਜਿੰਨੀ ਵੀ ਇਹ ਵੱਧ ਤੋਂ ਵੱਧ ਮਿੱਟੀ ਜ਼ਰੂਰ ਲਵਾਵਾਂਗੇ। ਬਾਈ ਜੀ ਤੁਹਾਡਾ ਕੀ ਨਾਮ ਆ ਜੀ? ਮੈਨੂੰ ਮਸਤਿਆਰ ਸਿੰਘ ਜੀ ਕੰਬੋ ਸਰ ਜੀ। ਕਿੰਨੀ ਖੇਤੀ ਕਰਦੇ ਹੋ? ਖੇਤੀ ਆਪਣੇ ਹੈਗੇ 4-5 ਕਿੱਲੇ ਜੀ। ਪਿਛਲੀ ਵਾਰ ਕੀ ਹਾਲਾਤ ਸੀ? ਝੋਨਾ ਡੁੱਬ ਗਿਆ ਸੀ, ਨੁਕਸਾਨ ਹੈ ਗਿਆ ਸੀ? ਪਿਛਲੇ ਸਾਲ ਤਾਂ ਸਾਰੇ ਇੱਥੇ ਤਬਾਹ ਕਰਤੀ ਸੀ ਫਸਲ, ਕਈ ਕਈ ਕਿਲੋਮੀਟਰ ਤੱਕ ਜੀ। ਠੀਕ ਹੈ ਜੀ। ਅਤੇ ਐਤਕੀ ਪਾਣੀ ਨੂੰ ਤਰਸ ਰਹੇ ਹਾਂ ਜੀ, ਜੀਰੀਆਂ ਸੁੱਕੀਆਂ ਪਈਆਂ ਨੇ ਦੇਖੋ, ਅਤੇ ਐਤਕੀ ਪਾਣੀ ਅੱਜ ਆਇਆ ਘੱਗਰ ਦੇ ਵਿੱਚ ਜੀ। ਪਿਛਲੇ ਸਾਲ ਤਾਂ ਲਾਲਸਾ ਬਹੁਤ ਇੱਥੇ ਜਿੱਥੇ ਖੜ੍ਹੇ ਆਪਾਂ ਇੱਥੇ ਬਹੁਤ ਤਕੜੇ ਨੱਕੇ ਸੀਗੇ, ਅਤੇ ਐਤਕੀ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਇਆ ਅਤੇ ਸਾਰੇ ਸੰਬੰਧਿਤ ਅਧਿਕਾਰੀ ਇੱਥੇ ਮੌਜੂਦ ਨੇ, 24 ਘੰਟੇ ਇੱਥੇ ਨਿਗਰਾਨੀ ਰੱਖਦੇ ਨੇ। ਅਤੇ ਸਾਡੇ ਹਲਕਾ ਜਿਹੜੇ ਆਪਣੇ ਵਿਧਾਇਕ ਨੇ ਵਰਿੰਦਰ ਗੋਇਲ ਜੀ ਉਹ ਦਿਨ ਰਾਤ ਇੱਥੇ ਡਿਊਟੀ ਰੱਖਦੇ ਨੇ। ਹੁਣ ਵੀ ਪਾਸੇ ਤਾਂ ਮੁਖਤਿਆਰ ਜੀ ਪਿਛਲੇ ਸਾਲ ਤੁਸੀਂ ਕਿਹਾ ਤੁਹਾਡੀ ਪੂਰੀ ਫਸਲ ਨੁਕਸਾਨੀ ਗਈ ਸੀ, ਹੁਣ ਪਾਣੀ ਦੀ ਕਿੰਨੀ ਕੁ ਉਡੀਕ ਆ? ਕਿਉਂਕਿ ਪਾਣੀ ਘੱਗਰ 'ਚ ਚੱਲ ਰਿਹਾ ਪਰ ਬਹੁਤ ਥੋੜ੍ਹਾ ਚੱਲ ਰਿਹਾ, ਲੱਗ ਨਹੀਂ ਰਿਹਾ ਵੀ ਕੁਦਰਤ ਇਸ ਵਾਰ ਤੁਹਾਨੂੰ ਮਾਰੂਗੀ? ਅਤੇ ਮੈਂ ਤਾਂ ਕਹਿੰਦਾ ਅਜੇ ਤਾਂ ਕੋਈ ਪਤਾ ਨਹੀਂ ਦੇਖੋ ਕੀ ਕੁਛ ਹੋ ਸਕਦਾ, ਅਜੇ ਤਾਂ ਪਾਣੀ ਥੋੜ੍ਹਾ ਹੈ, ਬਾਕੀ ਜੀਰੀਆਂ ਸੁੱਕੀਆਂ ਪੈਣੇ, ਪਾਣੀ ਦੀ ਲੋੜ ਹੈ। ਅਤੇ ਕਹਿਣ ਦਾ ਮਤਲਬ ਵੀ ਜ਼ਿਆਦਾ ਪਾਣੀ ਨਾ ਪਏ, ਜ਼ਿਆਦਾ ਮਾਰ ਬਣਾ ਕਰੇ ਵੀ ਪਹਿਲਾਂ ਵਾਲਾ ਕੰਮ ਹੋ ਜੇ। ਬਾਕੀ ਬੰਦ ਬਹੁਤ ਚੌੜੇ ਕਰਤੇ, ਐਤਕੀ ਪੂਰਾ ਪੱਕਾ ਪ੍ਰਬੰਧ ਹੈ, ਐਤਕੀ ਲੱਗਦਾ ਵੀ ਕੋਈ ਸੰਭਾਵਨਾ ਨਹੀਂ ਟੁੱਟਣ ਦੀ, ਕਿਉਂਕਿ 15 ਫੁੱਟ ਚੌੜੇ ਕਰਤੇ, ਕੰਮ ਜ਼ੋਰਾਂ ਚੱਲ ਰਿਹਾ, ਦਿਨ ਰਾਤ ਕੰਮ ਚੱਲ ਰਿਹਾ ਜੀ, ਅਤੇ ਪ੍ਰਸ਼ਾਸਨ ਦੀ ਨਿਗਰਾਨੀ ਚੱਲ ਰਿਹਾ, ਅਤੇ ਐਤਕੀ ਵਧੀਆ ਵੀ ਐਤਕੀ ਸੰਭਾਵਨਾ ਵੀ ਨਾ ਇੱਥੇ ਕੋਈ ਟੁੱਟਣ ਦੀ ਕੋਈ ਗੱਲਬਾਤ ਨਹੀਂ ਐਤਕੀ। ਤਾਂ ਕਿਸਾਨਾਂ ਦੇ ਵਿੱਚ ਰਾਹਤ ਤਾਂ ਜ਼ਰੂਰ ਆ, ਪਰ ਕਿਤੇ ਨਾ ਕਿਤੇ ਕਿਸਾਨ ਪਾਣੀ ਦੀ ਉਡੀਕ ਕਰ ਰਹੇ ਨੇ, ਕਿਉਂਕਿ ਪਿਛਲੇ ਸਾਲ ਜਿਹੜੇ ਪਾਣੀ ਨੇ ਇਹਨਾਂ ਦੀਆਂ ਝੋਨੇ ਦੀਆਂ ਸਾਰੀਆਂ ਫਸਲਾਂ ਹੋਰ ਪਸ਼ੂਆਂ ਦਾ ਚਾਰਾ ਤਬਾਹ ਕਰਿਆ ਸੀ, ਇਸ ਵਾਰ ਉਹੀ ਖੇਤ ਪਾਣੀ ਦੇ ਤੁਪਕੇ ਤੁਪਕੇ ਨੂੰ ਤਰਸ ਰਹੇ ਨੇ।